ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਿਕ ਸਰਦਾਰ ਇਕਬਾਲ ਸਿੰਘ ਪੰਨੂ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਨਰਿੰਦਰ ਕੌਰ, ਇਕਬਾਲ ਸਿੰਘ ਘੁੰਮਣ, ਸਰਦਾਰ ਲਖਵੰਤ ਸਿੰਘ, ਸਰਦਾਰਨੀ ਸੁਰਿੰਦਰ ਕੌਰ, ਸਰਦਾਰ ਬਲਵਿੰਦਰ ਸਿੰਘ, ਸਰਦਾਰਨੀ ਬਲਵਿੰਦਰ ਕੌਰ, ਸਰਦਾਰ ਗੁਰਦਿਆਲ ਸਿੰਘ, ਸੁਖਵੰਤ ਸਿੰਘ, ਸਰਬਜੀਤ ਕੌਰ, ਗਗਨਦੀਪ ਸਿੰਘ, ਰਾਜਨੀਤ ਕੌਰ, ਸਰਤਾਜ ਸਿੰਘ, ਮਨਪ੍ਰੀਤ ਕੌਰ, ਜੱਜ ਨਵਨੀਤ ਕੌਰ, ਅਨਹਦ ਗੁਰ ਰਹਿਮਤ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਇਕਬਾਲ ਸਿੰਘ ਪੰਨੂ ਜੀ ਦਾ ਜਨਮ ਪਿਤਾ ਸਰਦਾਰ ਗੁਲਾਬ ਸਿੰਘ ਜੀ ਦੇ ਘਰ, ਮਾਤਾ ਸਰਦਾਰਨੀ ਲਾਭ ਕੌਰ ਹੁਣਾਂ ਦੀ ਕੁੱਖੋਂ ਪਾਕਿਸਤਾਨ ਵਿਖੇ ਸੰਨ 1930 ਵਿੱਚ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਿਕ ਸਨ। ਆਪ ਜੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਉਪਰੰਤ 1950 ਵਿੱਚ ਆਪ ਜੀ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਭਾਰਤੀ ਫੌਜ ਵਿੱਚ ਆਪ ਜੀ ਨੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਕੀਤੀ ਅਤੇ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਬਤੌਰ ਹੌਲਦਾਰ ਆਪ ਜੀ ਸੇਵਾ ਮੁਕਤ ਹੋਏ। ਫੌਜ ਦੀ ਨੌਕਰੀ ਦੌਰਾਨ ਆਪ ਜੀ ਨੇ ਇੰਨੇ ਇਮਾਨਦਾਰੀ ਨਾਲ ਕੰਮ ਕੀਤਾ ਕਿ ਆਪ ਜੀ ਦੇ ਵੱਡੇ ਅਫਸਰਾਂ ਨਾਲ ਗਹਿਰੇ ਸੰਬੰਧ ਬਣ ਗਏ। ਸੰਨ 1970 ਵਿੱਚ ਆਪ ਜੀ ਭਾਰਤੀ ਫੌਜ ਚੋਂ ਸੇਵਾ ਮੁਕਤ ਹੋਏ ਅਤੇ ਸੇਵਾ ਮੁਕਤ ਹੋਣ ਉਪਰੰਤ ਵੀ ਆਪ ਜੀ ਦੇ ਫੌਜ ਦੇ ਉੱਚ ਅਧਿਕਾਰੀਆਂ ਨਾਲ ਚੰਗੇ ਸੰਬੰਧ ਰਹੇ। ਆਪ ਜੀ ਦਾ ਵਿਆਹ ਸੰਨ 1947 ਵਿੱਚ ਸਰਦਾਰਨੀ ਮਹਿੰਦਰ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ ਬੱਚਿਆਂ ਨਰਿੰਦਰ ਕੌਰ, ਲਖਵੰਤ ਸਿੰਘ, ਬਲਵਿੰਦਰ ਕੌਰ, ਸੁਖਵੰਤ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਆਪਣੇ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹਨਾਂ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਸਰਦਾਰ ਇਕਬਾਲ ਸਿੰਘ ਪੰਨੂ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਲੋੜਵੰਦਾਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮੇਲਾਪੜੇ ਸੁਭਾਅ ਦੇ ਮਾਲਿਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਸਰਦਾਰ ਇਕਬਾਲ ਸਿੰਘ ਪੰਨੂ ਜੀ ਦੀ ਫੁਲਵਾੜੀ ਮੌਜੂਦਾ ਸਮੇਂ ਅਨਹਦ ਅਤੇ ਗੁਰ ਰਹਿਮਤ ਕੌਰ ਨਾਲ ਮਹਿਕ ਰਹੀ ਹੈ।
Yeah.
Thank you.
Thank you.
ਦਾ ਜਾਪ ਕਰਦੇ ਹੋਏ ਸਮੁੱਚੀ ਸੰਗਤ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ। ਜਨਮ ਪਤਨੀ
ਸਰਦਾਰ ਗੁਲਾਬ ਸਿੰਘ ਜਿਹਨਾਂ ਦੇ ਅੱਜ
ਰਸਮਾਂ 'ਚ ਸ਼ਾਮਿਲ ਆ। ਲੰਬੀ ਉਮਰ, ਬੜੀ ਪਿਆਰੀ ਉਮਰ ਭੋਗ ਕੇ ਗਏ ਆ, ਚੰਗਾ ਜੀਵਨ ਬਸਰ ਕਰਕੇ ਗਏ ਆ। ਹਮੇਸ਼ਾ ਹੀ ਸੋਹਣੇ ਸੁਨੱਖੇ ਅਤੇ ਸੋਹਣੇ ਕੱਪੜੇ ਪਾ ਕੇ ਰੱਖਦੇ ਸੀ, ਚਿੱਟੇ ਕੱਪੜੇ। ਇੱਦਾਂ ਹੀ ਪੈਲੀਆਂ ਖੇਤਾਂ ਦੇ ਦੁਆਲੇ ਕਦੀ ਅੱਡੇ ਨੂੰ ਬੇੜਾ ਲਾਉਂਦਾ, ਕਿਉਂਕਿ ਇਹਦੇ ਪਿੱਛੇ ਇੱਕ ਕਾਰਨ ਹੈ ਕਿ ਜਦੋਂ ਪਰਿਵਾਰ ਚੰਗਾ ਹੋਵੇ, ਪਿੱਛੇ ਬਹੁਤ ਚੰਗੀ ਹੋਵੇ, ਤੇ ਫਿਰ ਉਹ ਵੀ ਬੰਦਾ ਚਿੱਟੇ ਕੱਪੜੇ ਪਾ ਕੇ ਲੁਕਦਾ, ਇਹਦਾ ਘੁੰਮਣਾ ਬੜਾ ਔਖਾ ਹੋ ਜਾਂਦਾ। ਕਾਫੀ ਸਮਾਂ ਹੋ ਗਿਆ ਬੈਠਿਆ ਸਾਰਿਆਂ ਨੂੰ, ਸੋ ਕਿਉਂਕਿ ਕੀ ਦੇਰੀ ਕਰਕੇ ਥੋੜ੍ਹਾ ਜਿਹਾ ਲੰਗਰ ਦਾ ਥੋੜ੍ਹਾ ਜਿਹਾ ਤਬਦੀਲ ਕਰ ਦਿੱਤਾ, ਅੰਦਰ ਨੂੰ ਕਰ ਦਿੱਤਾ, ਉਹਨਾਂ ਲਈ ਅੰਨਾ ਪੈ ਰਿਹਾ ਉਹਨਾਂ ਨੂੰ। ਸੋ ਉਹਨਾਂ 'ਚ ਸਾਡੇ ਵਿੱਚ ਬੜੀਆਂ ਚੰਗੀਆਂ ਸ਼ਖਸੀਅਤਾਂ ਬੈਠੀਆਂ, ਆਪਾਂ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਦੇ ਵਿਚਾਰ ਸੁਣਦੇ ਹਾਂ। ਥੋੜ੍ਹੇ ਜਿਹੇ ਆਰਾਮ ਨਾਲ ਬੈਠਣਾ, ਸਾਰਿਆਂ ਨੇ ਗੱਲਾਂ ਨਹੀਂ ਕਰਨੀਆਂ, ਸੋ ਇਹਨਾਂ ਦੇ ਵਿਚਾਰ ਸੁਣਦੇ ਹਾਂ ਕਿ ਇਸ ਪਰਿਵਾਰ ਦੀਆਂ ਕਹਾਣੀਆਂ ਹੋਣਗੀਆਂ, ਆਪਾਂ ਇਹਨਾਂ ਦੀਆਂ ਗੱਲਾਂ ਕਰਨੀਆਂ, ਆਪਾਂ ਵੀ ਉਹ ਪਰਿਵਾਰ ਕਿਸ ਕਿਸਮ ਦਾ ਸੀ, ਜਿਹਨਾਂ ਨੂੰ ਨਾ ਵੀ ਕੁਝ ਗੱਲਾਂ ਦਾ ਪਤਾ, ਉਹ ਵੀ ਪਤਾ ਲੱਗ ਜਾਵੇ। ਸੋ ਸਾਡੇ ਵਿੱਚ ਪ੍ਰੋਫੈਸਰ ਆਸਾ ਸਿੰਘ ਘੁੰਮਣਾ ਜੀ ਬੈਠੇ ਆ, ਔਰ ਉਹਨਾਂ ਨੂੰ ਮੈਂ ਆਵਾਜ਼ ਦਿਆਂਗਾ ਕਿ ਉਹ ਇਸ ਪਰਿਵਾਰ ਨੂੰ ਸ਼ਰਧਾਂਜਲੀ ਦੇਣ, ਉਸ ਸ਼ਖਸੀਅਤ ਨੂੰ ਜਿਸ ਸ਼ਖਸੀਅਤ ਦੀ ਮਹਿਕ ਸਾਡੇ ਸਾਰਿਆਂ ਦੇ ਆਲੇ ਦੁਆਲੇ ਫੈਲੀ ਹੋਈ ਹੈ, ਸਰਦਾਰ ਕੁਮਾਰ ਸਿੰਘ ਹੋਰਾਂ ਦੀ, ਔਰ ਹੁਣ ਸਾਡੇ ਸਾਹਮਣੇ ਆ ਰਹੇ ਹੈ ਡਾਕਟਰ ਆਸਾ ਸਿੰਘ ਘੁੰਮਣਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਹਰ ਕੋਈ ਜਾਣਦਾ ਹੈ, ਗਿਆਤ ਹੈ ਇਸ ਗੱਲ ਤੋਂ ਕਿ ਇਸ ਦੁਨੀਆ 'ਤੇ ਹਰ ਵਿਅਕਤੀ ਮਿੱਥੇ ਸਮੇਂ ਲਈ ਆਇਆ, ਅਤੇ ਉਹ ਮਿੱਥਿਆ ਸਮਾਂ ਅਸੀਂ ਨਹੀਂ ਜਾਣਦੇ, ਜਿਸ ਨੇ ਭੇਜਿਆ ਉਹੀ ਜਾਣਦਾ ਕਿ ਕਿੰਨੇ ਸਵਾਸ ਦੇ ਕੇ ਕਿਸੇ ਵਿਅਕਤੀ ਨੂੰ ਉਸ ਪਰਮਾਤਮਾ ਨੇ ਭੇਜਿਆ। ਇਹ ਵੀ ਨਹੀਂ ਪਤਾ ਕਿ ਉਹ ਸੰਸਾਰ ਦੇ ਵਿੱਚ ਆਪਣੀ ਮਰਜ਼ੀ ਨਾਲ ਹਾਲਾਤਾਂ ਮੁਤਾਬਕ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਰਜ਼ਾ ਤੋਂ ਬਿਨਾਂ ਕਾਮਯਾਬ ਹੋ ਸਕਦਾ ਕਿ ਨਹੀਂ। ਨਹੀਂ ਬੜੀ ਪਿਆਰੇ ਸ਼ਬਦਾਂ ਦਾ ਕੀਰਤਨ ਕੀਤਾ ਜਾ ਰਿਹਾ ਸੀ ਅਤੇ ਗੱਲ ਕਰਮਾਂ ਦੀ ਹੋ ਰਹੀ ਸੀ। ਮੈਨੂੰ ਇੱਕ ਗੱਲ ਹਮੇਸ਼ਾ ਯਾਦ ਆਉਂਦੀ ਹੈ ਕਰਮਾਂ ਦੀ, ਅਤੇ ਮੈਂ ਕਈ ਵਾਰੀ ਗੱਲ ਕਰਨਾ ਕਿ ਮੇਰੇ ਅੱਖੀ ਵੇਖਣ ਦੀ ਗੱਲ ਹੈ ਕਿ ਕਰਮਾਂ ਦਾ ਕਿਵੇਂ ਮਿਲਦਾ। ਪੰਜ ਚਾਰ ਸਾਲ ਪਹਿਲਾਂ ਦੀ ਗੱਲ ਹੈ, ਮੈਂ ਕਾਰ 'ਤੇ ਆਪ ਡਰਾਈਵ ਕਰਕੇ ਜਲੰਧਰ ਜਾ ਰਿਹਾ ਸਾਂ, ਕਪੂਰਥਲਾ ਚੌਂਕ ਰੈੱਡ ਲਾਈਟ ਆ ਗਈ, ਗੱਡੀ ਖੜੀ ਕੀਤੀ, ਸੱਜੇ ਹੱਥ ਮੰਗਤੇ ਖੜ੍ਹੇ ਸਨ, ਖੱਬੇ ਹੱਥ ਇੱਕ ਗੱਡੀ, ਬਹੁਤ ਹੀ ਸ਼ਾਨਦਾਰ ਗੱਡੀ, ਜਿਹੜੀ ਮੈਂ ਅੰਦਾਜ਼ਾ ਲਾ ਸਕਦਾ ਕਿ ਲੱਖਾਂ ਦੀ ਨਹੀਂ ਹੋਏਗੀ, ਕਰੋੜਾਂ 'ਚ ਹੋਏਗੀ, ਕਰੋੜ ਸਵਾ ਡੇਢ ਕਰੋੜ ਦੀ ਹੋਏਗੀ, ਅਤੇ ਬਿਲਕੁਲ ਹੀ ਨਵੀਂ। ਮੈਂ ਜਦੋਂ ਮੰਗਤੇ ਨੂੰ 50-20 ਰੁਪਈਏ ਦੇਣ ਲੱਗਾ ਅਤੇ ਉਹ ਦੌੜ ਕੇ ਉਸ ਗੱਡੀ ਵੱਲ ਚਲਾ ਗਿਆ, ਕਿਉਂਕਿ ਉਸ ਗੱਡੀ ਕੋਲ ਜਿਹੜਾ ਮੰਗਤਾ ਖੜਾ ਸੀ ਉਸ ਨੂੰ ਉਸ ਦਾ ਮਾਲਕ 500-500 ਨੋਟ ਦੇ ਰਿਹਾ ਸੀ। ਸੋ ਜਿੰਨੇ ਮੰਗਤੇ ਸਨ ਉੱਥੇ ਸਾਰੇ ਦੌੜ ਕੇ ਉਸ ਗੱਡੀ ਵੱਲ ਜਾ ਰਹੇ ਸਨ ਅਤੇ ਉਹ ਸਾਰਿਆਂ ਨੇ 500-500 ਦੇਈ ਜਾ ਰਿਹਾ ਸੀ, ਲਾਈਟ ਪਈ ਅਤੇ ਉਹ ਚਲਾ ਗਿਆ। ਜਿਹਦੇ ਕਰਮਾਂ 'ਚ ਪੈਸਾ 500-500 ਆ ਗਏ, ਜਿਹਦੇ ਕਰਮਾਂ 'ਚ ਨਹੀਂ ਸਨ ਤਾਂ ਗੱਡੀ ਦਾ ਪਿੱਛਾ ਦੇਖਦੇ ਰਹੇ ਅਤੇ ਹਮੇਸ਼ਾ ਉਹ ਪਲ ਉਡੀਕਦੇ ਰਹਿਣਗੇ ਕਿ ਕਦੋਂ ਉਹ ਵਿਅਕਤੀ ਅਤੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਆਵੇਗਾ ਜਿਹੜਾ ਇਸ ਮੂਡ ਵਿੱਚ ਹੋਵੇਗਾ ਕਿ ਉਹ 500-500 ਦੇਈ ਜਾਏਗਾ। ਇਹੀ ਸ਼ਾਇਦ ਲੇਖਾ ਹੈ ਉਸ ਪਰਮਾਤਮਾ ਦਾ, ਦਇਆ ਮਾਨ ਹੋ ਜਾਏ ਅਤੇ ਸਧਾਰਨ ਵਿਅਕਤੀਆਂ 'ਤੇ ਹੋ ਜਾਏ ਅਤੇ ਜਿਨ੍ਹਾਂ ਨੇ ਪਾਪ ਕੀਤੇ ਨੇ ਜਾਣੇ ਅਣਜਾਣੇ ਉਹਨਾਂ 'ਤੇ ਵੀ ਦਇਆ ਮਾਨ ਹੋ ਜਾਏ, ਅਤੇ ਨਾ ਹੋਵੇ
ਤੇ ਲੱਖ ਮਿਹਨਤਾਂ ਪੈ ਕਰੀਏ ਸਭਨੀ ਛਾਲੀ ਮਾਰੀਆਂ ਕਰਤਾ ਕਰੇ ਸੋ ਹੋਏ। ਸੋ ਉਸ ਪਰਮਾਤਮਾ ਦੇ ਹੱਥ ਵਸ ਹੈ ਬਹੁਤ ਕੁਛ। ਸਰਦਾਰ ਗੋਪਾਲ ਸਿੰਘ ਜੀ ਵੱਲੋਂ 95 ਸਾਲ ਦੀ ਉਮਰ ਬਤੀਤ ਕਰਕੇ ਗਏ ਨੇ, ਜਿਹੜੀ ਕਿ ਬੜੀ ਬਿਰਲਿਆਂ ਟਾਵਿਆਂ ਨੂੰ ਨਸੀਬ ਹੁੰਦੀ। ਆ ਮੈਂ ਪਿੱਛੇ ਜੇ ਜਦੋਂ ਢਿੱਲਾ ਮੱਠਾ ਹੋ ਗਿਆ ਤੇ ਕਈ ਕਹਿਣ ਵੀ ਤੁਸੀਂ ਐ ਤੁਸੀਂ ਉਹ, ਮੈਂ ਕਿਹਾ ਇੱਡੀ ਕੋਈ ਗੱਲ ਨਹੀਂ, ਮੈਂ 70 ਦਾ ਹੋ ਗਿਆ, ਬਾਬਾ ਨਾਨਕ ਵੀ 70 ਦਾ ਹੋ ਕੇ ਚਲੇ ਗਏ ਸਨ। ਗੁਰੂ ਅਮਰਦਾਸ ਜੀ ਤੋਂ ਬਿਨਾਂ ਸਾਰੇ ਗੁਰੂ ਜਿਹੜੇ ਨੇ ਇਹ ਵੀ ਉਹਦੇ ਪਰਮਾਤਮਾ ਦੇ ਹੱਥ ਵਾਸੀ ਕਿ ਪਰਮਾਤਮਾ ਨੇ ਗੁਰੂਆਂ ਨੂੰ, ਪੀਰਾਂ ਨੂੰ, ਫਕੀਰਾਂ ਨੂੰ, ਦਰਵੇਸ਼ਾਂ ਨੂੰ ਉਹਨਾਂ ਦੀ ਜ਼ਿੰਦਗੀ ਕਿੰਨੀ ਬਖਸ਼ਣੀ ਹੈ ਇਹ ਗੱਲ ਵੱਖਰੀ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਜਿਹੜੇ ਨੇ ਥੋੜ੍ਹੇ ਸਾਲਾਂ ਵਿੱਚ ਹੀ ਸਦੀਆਂ ਦਾ ਕੰਮ ਜਿਹੜਾ ਹੈ ਉਹ ਪੂਰਾ ਕਰ ਜਾਂਦੇ ਨੇ। ਸੋ ਜ਼ਿੰਦਗੀ ਜਿੰਨੀ ਉਸ ਪਰਮਾਤਮਾ ਨੇ ਬਖਸ਼ੀ ਉਹਦੇ ਵਿੱਚ ਵਿੱਚ ਸੋਹਣਾ ਜੀਵਨ ਬਤੀਤ ਕੀਤਾ। ਇੱਕ ਗੱਲੋਂ ਮੈਂ ਕਹਿ ਰਿਹਾ ਸਾਂ ਕਿ ਉਹ ਬਹੁਤ ਕਰਮਾਂ ਵਾਲੇ ਸਨ। ਅੱਜ ਦੇ ਯੁੱਗ ਵਿੱਚ ਅਸੀਂ ਪੰਜਾਬੀ ਹੈ ਜਿਹੜੇ ਹਨ ਅਸੀਂ ਕਰਮਾਂ ਵਾਲੇ ਨਹੀਂ ਰਹੇ, ਅਸੀਂ ਦੂਰ ਦੂਰ ਤੱਕ ਸਾਡੇ ਜਿਹੜੇ ਬੱਚੇ ਨੇ ਉਹ ਤੁਰ ਗਏ ਨੇ, ਪੋਤਰੇ ਜਿਹੜੇ ਨੇ ਉਹਨਾਂ ਦੇਸ਼ਾਂ ਦੇ ਹੋ ਗਏ ਨੇ, ਕੋਠੀਆਂ ਵੱਡੀਆਂ ਬਣ ਗਈਆਂ ਪਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ। ਓਲਡ ਏਜ ਹੋਮ ਬਣ ਰਹੇ ਨੇ ਪੰਜਾਬ ਦੇ ਵਿੱਚ ਜਿੱਥੇ ਕਦੀ ਇਹ ਕੰਸੈਪਟ ਆਇਆ ਹੀ ਨਹੀਂ ਸੀ, ਔਰ ਸੁਈਸਾਈਡ ਹੋ ਰਹੇ ਨੇ। ਸੁਣਦੇ ਸਾਂ ਉਹਦੇ ਨਜ਼ਦੀਕ ਅੱਜ ਦੇ ਅਖਬਾਰ 'ਚ ਪੜ੍ਹ ਕੇ ਹੋਰ ਵੀ ਮਨ ਜ਼ਿਆਦਾ ਦੁਖੀ ਹੋਇਆ। ਜਦੋਂ ਬੱਚਾ ਨਹੀਂ ਕੋਲ, ਪੋਤਰੇ ਨਹੀਂ ਕੋਲ, ਕੋਈ ਨਹੀਂ ਕੋਲ ਤੇ ਮਨ ਜਿਹੜਾ ਹੈ ਕੁਦਰਤੀ ਗੱਲ ਹੈ ਪਰੇਸ਼ਾਨ ਹੋਏਗਾ। ਸੋ ਪੁੱਤਾਂ ਪੋਤਰਿਆਂ ਦੇ ਵਿੱਚ ਗਏ ਨੇ ਕਿੰਨੀ ਖੁਸ਼ਕਿਸਮਤੀ ਵਾਲੀ ਗੱਲ ਹੈ। ਸੋ ਜ਼ਿੰਦਗੀ ਬਹੁਤ ਪਿਆਰੀ ਬਤੀਤ ਕੀਤੀ, ਅੱਗੋਂ ਬੇਟਾ ਬੇਟੇ ਬੇਟਿਆਂ ਦੇ ਬੇਟੇ ਸਾਡੇ ਤੇ ਬੱਚੇ ਜਿਹੜੇ ਨੇ ਸਟੂਡੈਂਟ ਰਹੇ ਨੇ, ਵਿਦਿਆਰਥੀ ਰਹੇ ਨੇ, ਉਹਨਾਂ ਵੀ ਗੁੱਡੀਆਂ ਤੁਰਾਉਂਦੇ ਨੇ, ਚੰਗੇ ਲੱਗਦੇ ਨੇ ਆਪਣੇ ਬੱਚਿਆਂ ਵਰਗੇ ਲੱਗਦੇ ਨੇ। ਸੋ ਉਹਨਾਂ ਵਿੱਚ ਸ਼ਖਸੀਅਤਾਂ ਦਾ ਇਸ ਤਰ੍ਹਾਂ ਤੁਰ ਜਾਣਾ, ਬਜ਼ੁਰਗਾਂ ਦਾ ਤੁਰ ਜਾਣਾ, ਉਹ ਡੋਕਟਰ ਵਿੱਚ ਕੋਈ ਸ਼ੱਕ ਨਹੀਂ ਕਿ ਹਮੇਸ਼ਾ ਇਹ ਜਿਹੜੀਆਂ ਬਜ਼ੁਰਗਾਂ ਦੀਆਂ ਨਸੀਹਤਾਂ ਨੇ ਨਾ ਉਹ ਬਹੁਤ ਹੀ ਕਾਬਲੇ ਗੌਰ ਹੁੰਦੀਆਂ, ਬੜੀਆਂ ਕੀਮਤੀ ਹੁੰਦੀਆਂ। ਅਖੀਰ ਵਿੱਚ ਸਿਰਫ ਮੈਨੂੰ ਯਾਦ ਆਉਂਦਾ ਪਿਆ ਨਸੀਹਤ ਦੀ ਗੱਲ ਕਿ ਕਿਤੇ ਬੈਠੇ ਸਨ, ਮੈਨੂੰ ਕੋਈ ਪੁੱਛਦਾ ਫਲਾਣੇ ਵਿਅਕਤੀ ਦਾ ਕਦੀ ਫੋਨ ਆਇਆ ਕਿ ਨਹੀਂ, ਮੈਂ ਕਿਹਾ ਉਹਨੇ ਕਦੀ ਫੋਨ ਨਹੀਂ ਕੀਤਾ ਯਾਰ। ਅਤੇ ਕੋਲ ਬੈਠਾ ਮੇਰੇ ਨਾਲ ਵੱਡੀ ਉਮਰ ਦਾ ਬਹੁਤ ਸਿਆਣਾ ਬਜ਼ੁਰਗ ਮੈਨੂੰ ਪਿਆਰ ਨਾਲ ਕਹਿੰਦਾ, ਅੱਜ ਤੱਕ ਨਹੀਂ ਮੈਂ ਭੁੱਲਿਆ ਸ਼ਾਇਦ 15-20 ਸਾਲਾਂ ਦੀ ਗੱਲ ਹੈ, ਪਰ ਗੁਰਦਾਰ ਜਿਹੜਾ ਨਹੀਂ ਕਰਦਾ ਉਹ ਤੁਸੀਂ ਕਰ ਲਿਆ। ਮੈਂ ਕਿਹਾ ਕਿਆ ਮਤ ਆ, ਇਹ ਮਤ ਸ਼ਾਇਦ ਸਿਰਫ ਅਤੇ ਸਿਰਫ ਬਜ਼ੁਰਗ ਵਰਗ ਉਦਾਰ ਹੀ ਦੇ ਸਕਦਾ। ਇਸੇ ਤਰ੍ਹਾਂ ਹੀ ਮੈਨੂੰ ਇੱਕ ਯਾਦ ਹੈ, ਕੋਈ ਮਹਾਂ ਲੀਡਰ ਆਏ, ਵੱਡੇ ਲੀਡਰ ਆਏ, ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਉਹ ਖੜ੍ਹੇ ਹੋ ਗਏ ਉਹਨਾਂ ਦੇ ਸਵਾਗਤ ਵਿੱਚ ਬੈਠ ਗਏ ਅਤੇ ਬਜ਼ੁਰਗ ਗੰਨ ਵਿੱਚ ਕਹਿੰਦਾ, ਮਗਰ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਕੋਈ ਵੱਡੇ ਤੋਂ ਵੱਡਾ ਨਹੀਂ ਆ, ਜੀ ਆਉਂਦਾ ਕੋਈ ਵੱਡੇ ਤੋਂ ਵੱਡਾ ਆਏ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਖੜ੍ਹੇ ਹੋ ਕੇ ਸਵਾਗਤ ਨਹੀਂ ਕਰਨਾ। ਮੈਂ ਇਹ ਬਜ਼ੁਰਗਾਂ ਦੇ ਹੀ ਦੱਤ ਨੇ ਅਤੇ ਇਹ ਬਜ਼ੁਰਗਾਂ ਦੇ ਹੀ ਹਿੱਸੇ ਆਇਆ ਕਿ ਉਹ ਸਾਨੂੰ ਇਸ ਤਰ੍ਹਾਂ ਦੀਆਂ ਮੱਤਾਂ ਜਿਹੜੀਆਂ ਨੇ ਉਹ ਸਾਰੀ ਉਮਰ ਦਿੰਦੇ ਰਹਿੰਦੇ ਨੇ, ਜਿਹੜੀਆਂ ਬਹੁਮੁੱਲਾ ਖਜ਼ਾਨਾ ਹੁੰਦੀਆਂ ਨੇ। ਸੋ ਬਜ਼ੁਰਗਾਂ ਦਾ ਤੁਰ ਜਾਣਾ ਉਸ ਪਰਿਵਾਰ ਵਾਸਤੇ ਘਾਟੇ ਬੰਦਾ ਸੌਦਾ ਨਹੀਂ ਹੁੰਦਾ, ਹਰ ਵਿਅਕਤੀ ਵਾਸਤੇ ਘਾਟੇ ਬੰਦਾ ਸੌਦਾ ਹੁੰਦਾ, ਕਿਉਂਕਿ ਸਮਾਜ ਦੇ ਹਰ ਵਿਅਕਤੀ ਨੂੰ ਹੀ ਉਹਨਾਂ ਨੇ ਟੋਕ ਦੇਣਾ ਹੁੰਦਾ ਕਿ ਨਾ ਪੁੱਤਰ ਇਹ ਨਹੀਂ ਕਰੀਦਾ, ਆਹ ਗੱਲ ਚੰਗੀ ਹੈ, ਇਸ ਤਰ੍ਹਾਂ ਕਰਨੀ ਚਾਹੀਦੀ ਹੈ। ਸੋ ਮੈਂ ਸਮਝਦਾ ਹਾਂ ਕਿ ਜਿੱਥੇ ਪਰਿਵਾਰ ਨੂੰ ਇਹੋ ਜਿਹੇ ਬਜ਼ੁਰਗਾਂ ਦੇ ਜਾਣ ਦਾ ਘਾਟਾ ਪਿਆ, ਉਹਨੇ ਸੇਵਾ ਕੀਤੀ, ਉਹ ਬੜੀ ਸੇਵਾ ਦੇ ਭਾਗਦਾਰ ਸਨ, ਤਾਂ ਹੀ ਇੰਨੀ ਲੰਬੀ ਉਮਰ ਜਿਹੜੀ ਹੈ ਬਤੀਤ ਕਰ ਸਕੇ ਨੇ। ਪਰਮਾਤਮਾ ਕਰੇ ਆਪਣੇ ਚਰਨਾਂ 'ਚ ਨਵਾਜ ਸਮੱਸੇ, ਪਿੱਛੋਂ ਪਰਿਵਾਰ ਜਿਹੜਾ ਹੈ ਉਸ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇਹਨਾਂ ਹੀ ਲੰਬੀਆਂ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਣੇ ਸਰਬੱਤ। ਬਜ਼ੁਰਗ
ਗੱਲਾਂ ਕਰਨੀਆਂ ਚਾਹੁੰਦੇ ਆ। ਦਵਾਈ ਇੱਕ ਬਹਾਨਾ ਹੈ ਉਹਨਾਂ ਦੀ, ਘਰਾਂ 'ਚ ਕੋਈ ਗੱਲ ਨਹੀਂ ਸੁਣਦਾ, ਨਾ ਲੂਣਾ ਸੁਣਦੀਆਂ, ਨਾ ਮੁੰਡੇ ਸੁਣਦੇ, ਨਾ ਕੋਈ ਪੈਸਾ ਦਿੰਦੇ, ਬੜੇ ਤੰਗ। ਉਹਨਾਂ ਨੂੰ ਇਹ ਦਿੰਦਾ ਮੈਨੂੰ ਦਵਾਈ ਦੇਵੇ ਅਤੇ ਮੈਨੂੰ ਹੋਰ ਤੇ ਮੇਰੀ ਕਹਾਣੀ ਸੁਣੇ, ਮੇਰੇ ਦਿਲ ਦੀ ਗੱਲ ਸੁਣੇ। ਅਤੇ ਮੇਰੀ ਆਦਤ ਹੈ ਕਹਾਣੀਆਂ ਲਿਖਣ ਦੀ, ਆਦਤ ਕਰਕੇ ਮੇਰੀ ਕਹਾਣੀ ਸੁਣ ਲਵਾਂ। ਜਦੋਂ ਮੈਂ ਉਹਦੀ ਕਹਾਣੀ ਸੁਣ ਲੈਣਾ, ਯਕੀਨ ਕਰੋ ਜਿਹੜੀਆਂ ਦੋ ਚਾਰ ਖੁਰਾਕਾਂ ਦਿੱਤੀਆਂ ਤਾਂ ਉਹਦਾ ਕੋਈ ਲੋੜ ਨਹੀਂ ਰਹਿੰਦੀ, ਉਹ ਖੁਸ਼ ਹੋ ਜਾਂਦੇ ਆ। ਚੌਥੇ ਪੰਜਵੇਂ ਤਾਂ ਫਿਰ ਗੇੜਾ ਮਾਰਦੇ, ਫਿਰ ਆ ਜਾਂਦੇ, ਫਿਰ ਇਹਦੇ ਨਾਲ ਤਾਂ ਗੱਲਾਂ ਸੁਣਦੀ, ਗੱਲਾਂ ਕਰਦੇ ਮੈਂ ਤਾਂ ਠੀਕ ਹੋ ਜਾਂਦਾ। ਅਤੇ ਕਾਰਨ ਕੀ ਹੋਇਆ ਵੀ ਵੱਡੇ ਜਿਹੜੇ ਬਜ਼ੁਰਗ ਆ ਉਹ ਗੱਲਾਂ ਕਰਨੀਆਂ ਜਾਂ ਗੱਲਾਂ ਸੁਣਨੀਆਂ ਚਾਹੁੰਦੇ ਕਿ ਉਹਦੇ ਪੋਤੇ ਪੁੱਤਰੀਆਂ ਨਿਆਣੇ ਕੁੜੀਆਂ ਧੀਆਂ ਕੋਲ ਬੈਠਣ ਅਤੇ ਸਾਡੀਆਂ ਗੱਲਾਂ ਸੁਣਨ। ਜਦੋਂ ਰੋਏ ਲੰਘ ਜਾਈਏ ਤਾਂ ਬਜ਼ੁਰਗ ਦੁਖਦੇ ਆ ਉਹਨਾਂ ਦੇ ਦਿਲ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ। ਉਹ ਅੱਜ ਕੱਲ੍ਹ ਦੇ ਨਿਆਣੇ ਐਵੇਂ ਹੈ ਕਿ ਕਿਤੇ ਸਾਡੇ ਕੋਲ ਝਿੜਕਾ ਨਾ ਮਾਰਦੇ। ਮੈਂ ਬੜਾ ਖੁਸ਼ ਹੁੰਦਾ ਤਾਂ ਆਪਣੇ ਡੈਡੀ ਕਹਿੰਦੇ ਤੂੰ ਮੈਨੂੰ ਝਿੜਕ ਦਿੰਦੇ ਦੇ, ਮੈਂ ਕਹਿੰਦੇ ਤੂੰ ਗੁੱਸਾ ਨਹੀਂ ਕਰਦਾ, ਮੈਂ ਕਿਹਾ ਮੈਨੂੰ ਮਜ਼ਾ ਬੜਾ ਆਉਂਦਾ, ਮੈਨੂੰ ਝਿੜਕਣ ਵਾਲਾ ਹੈਗਾ। ਸੋ ਇਸ ਪਰਿਵਾਰ ਦੇ ਵਿੱਚ ਵੀ ਦਲਖਵੰਤ ਸਿੰਘ ਹੋਰੀ, ਦਲਖਵੰਤ ਸਿੰਘ ਪੰਗੂ ਹੋਰੀ, ਉਹਨਾਂ ਤੋਂ ਛੋਟੇ ਸੁਖਵੰਤ ਸਿੰਘ ਹੋਰੀ ਤੋਂ ਮੇਰੇ ਘਰ ਵਾਲੇ ਇਕੱਠੇ ਪੜ੍ਹੇ ਹੋਏ ਹਨ ਤੁਸੀਂ ਤੱਕ। ਸੋ ਇਹਨਾਂ ਨੇ ਬਹੁਤ ਆਸਾ ਔਰ ਪਿਆਰ ਦਿੱਤਾ ਹੁੰਦਾ, ਵੱਡਿਆਂ ਨੇ ਨਾ ਦਿੱਤਾ, ਇਹਨਾਂ ਨੇ ਉਹਨਾਂ ਨੂੰ ਬੜਾ ਪਿਆਰ ਨਾਲ ਸੰਭਾਲਿਆ। ਔਰ ਮੈਂ ਅੱਗੇ ਤਾਂ ਹੀ ਕਿਹਾ ਸੀ ਵੀ ਚਿੱਟੇ ਕੱਪੜੇ ਅਤੇ ਸੋਹਣੀ ਚੁੰਝ ਵਾਲੀ ਪੱਗ ਐਵੇਂ ਬੱਜਦੀ, ਉਹਦੇ ਪਿੱਛੇ ਕੋਈ ਗੱਲ ਹੁੰਦੀ ਹੈ। ਲੰਬੀਆਂ ਉਮਰਾਂ ਤਾਂ ਹੀ ਹੁੰਦੀਆਂ, ਨਹੀਂ ਤਾਂ ਲੋਕ ਮਸਾਂ ਹੀ ਦਿਨ ਕੱਢਦੇ ਆ, ਰੋਟੀ ਖੁਣ ਰੋਕਦੇ, ਲੜਦੇ ਭਿੜਦੇ। ਸੋ ਇਸ ਪਰਿਵਾਰ ਨੂੰ ਇਸ ਕੋਲੋਂ ਬੜੀ ਮਾਣ ਵਾਲੀ ਗੱਲ ਹੈ ਇਹਨਾਂ ਲਈ ਕਿ ਇਹਨਾਂ ਨੇ ਆਪਣੇ ਵੱਡਿਆਂ ਨੂੰ ਸੰਭਾਲਿਆ। ਸੋ ਸਾਡੇ ਵਿੱਚ ਹਰਭਜਨ ਸਿੰਘ ਵਾਲੀਆ ਵੀ ਬੈਠੇ ਆ, ਇੱਥੇ ਲੱਗ ਜਾ ਕੇ ਹੁੰਦੇ ਆ। ਛੋਟਾ ਭਰਾ ਮੇਰਾ, ਉਹਦਾ ਵੀ ਸਾਰਿਆਂ ਦਾ ਹੀ ਪੰਜੂ ਸਾਹਿਬ ਦਾ ਬੜਾ ਪਿਆਰ ਹੈ, ਉਹ ਇਹਨਾਂ ਬਾਰੇ ਬੜੀ ਜਾਣਕਾਰੀ ਰੱਖਦਾ ਹੈ ਔਰ ਉਹ ਆਪਣੀਆਂ ਗੱਲਾਂ ਕਰੇਗਾ, ਤੁਹਾਨੂੰ ਦੱਸੇਗਾ ਕਿ ਇਸ ਪਰਿਵਾਰ ਨਾਲ ਸਾਡੇ ਪਰਿਵਾਰ ਦਾ ਕਿ ਹੋਰਨਾਂ ਲੋਕਾਂ ਦਾ ਕਿੰਨਾ ਹੋਰ ਪਿਆਰ ਹੈ। ਸੋ ਭਜਨ ਸਿੰਘ ਵਾਲੀਆ ਜੀ ਆ ਰਹੇ ਆ, ਸੋ ਉਹਨਾਂ ਦੀਆਂ ਆਪਾਂ ਗੱਲਾਂ ਸੁਣੀਆਂ ਦੋ ਮਿੰਟ। ਸੋ ਇਹਨਾਂ ਤੋਂ ਬਾਅਦ ਫਿਰ ਸਾਡੇ 'ਚ ਡੀ ਐਸ ਪੀ ਸਾਹਿਬ ਬੈਠੇ ਆ, ਐਸ ਪੀ ਸਾਹਿਬ ਸਾਡਾ ਪੂਰਨ ਸਿੰਘ ਘੁੰਮਣ ਲੱਗੇ। ਰੂਹੇ ਜਹਾਨ ਦੇ ਮਾਲਿਕ, ਜ਼ਮੀਨੋਂ ਆਸਮਾਨ ਦੇ ਮਾਲਿਕ, ਜੁਗ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਮੁਕੱਦਸ ਗੋਦ ਵਿੱਚ ਬਹੁਤ ਹੀ ਨਿੱਕੀ ਅਤੇ ਮਿੱਠੀ ਆਤਮਾ ਜੋ ਪੰਜਾਂ ਤੱਕਾਂ ਦੇ ਵਿੱਚ ਵਜ਼ੀਰ ਹੋ ਗਈ, ਉਹਨਾਂ ਦੀ ਅੰਤਰਿਮ ਅਰਦਾਸ ਕਰ ਸ਼ਾਮਲ ਸੰਗਤ ਜੀਓ, ਆਓ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਆਪਾਂ ਸਾਰੇ ਜਣੇ ਉਸ ਵਿਛੜੀ ਹੋਈ ਰੂਹ ਨੂੰ ਸ਼ਰਧਾ ਅਤੇ ਬੋਧ ਭੇਂਟ ਕਰਦੇ ਇਕੱਤਰ ਹੋਏ ਹਾਂ, ਨਾਲ ਦੀ ਨਾਲ ਪਰਿਵਾਰ ਨੂੰ ਇੱਕ ਦਿਲਾਸਾ ਦੇਣ ਦੇ ਵੀ ਇਕੱਤਰ ਹੋਏ ਹਾਂ। ਦਿਲਾਸਾ ਤਾਂ ਦੋ ਹੀ ਤਰੀਕਿਆਂ ਦੇ ਨਾਲ ਦਿੱਤਾ ਜਾ ਸਕਦਾ ਹੈ, ਇੱਕ ਤਾਂ ਸਤਿਗੁਰ ਦਾ ਅਵਲ ਆਸਰਾ ਔਰ ਦੂਸਰਾ ਸਾਰੀ ਸੰਗਤ ਦੀਆਂ ਦੁਆਵਾਂ ਅਸੀਸਾਂ ਅਤੇ ਅਰਦਾਸਾਂ ਜੋ ਅੱਜ ਦੋਵੇਂ ਸਵਾਈ ਬਾਣ ਹਨ। ਇਹ ਗੱਲ ਠੀਕ ਹੈ ਕਿ ਨੌਣ ਦਾ ਪੈਰਾਮੀਟਰ ਬਹੁਤ ਉੱਚਾ ਹੈ, ਇਸ ਧਰਾਤਲ ਦੇ ਅੰਦਰ ਨਿਗਾਹ ਮਾਰ ਕੇ ਦੇਖੀ ਜਾਵੇ ਤਾਂ ਸਮੁੱਚੀ ਕਾਇਨਾਤ ਮਾਤਾ ਪਿਤਾ ਔਰ ਮੌਤ ਦੇ ਫਲਸਫੇ ਦੇ ਇਰਦ ਗਿਰਦ ਘੁੰਮਦੀ ਦਿਸਦੀ ਹੈ। ਕੋਈ ਵੀ ਅਜਿਹਾ ਪਰਿਵਾਰ ਨਹੀਂ ਦਿਸਦਾ ਜਿਸ ਪਰਿਵਾਰ ਵਿੱਚ ਮਾਤਾ ਪਿਤਾ ਨਾ ਹੋਵੇ, ਔਰ ਕੋਈ ਵੀ ਅਜਿਹਾ ਪਰਿਵਾਰ ਨਹੀਂ ਦਿਸਦਾ ਜਿਸ ਵਿੱਚ ਮੌਤ ਦਾ ਨੰਗਾ ਨਾਚ ਨਾ ਹੋਇਆ ਹੋਵੇ। ਪਰੰਤੂ ਮੌਤ ਹੈ ਕਿ ਇਸ ਗੱਲ 'ਤੇ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਕੁੱਲ ਕਾਇਨਾਤ ਦੀ ਮਖਲੂਕ ਜੋ ਕਿ ਮੌਤ ਦੇ ਸਾਏ ਦੇ ਹੇਠ ਜੀ ਰਹੀ ਹੈ ਕਿਤੇ ਨਾ ਕਿਤੇ ਭੈਭੀਤ ਹੋ ਸਕੇ, ਕਿਤੇ ਨਾ ਕਿਤੇ ਬੇਖੌਫ ਹੋ ਸਕੇ। ਸਮੇਂ ਸਮੇਂ ਅਨੁਸਾਰ ਵੱਖ ਵੱਖ ਨਵੀ ਅਵਤਾਰ ਰਹਿਬਰਾਂ ਨੇ ਇਹ ਸੰਤਾਪ ਆਪਣੇ ਪਿੰਡਾਂ 'ਤੇ ਪੱਬੀ ਹੰਡਾਏ, ਜਿਸ ਦੀ ਕਿ ਮਿਸਾਲ ਅੱਜ ਤੋਂ ਤਕਰੀਬਨ 850 ਸਾਲ ਪਹਿਲਾਂ ਬਾਬਾ ਸ਼ੇਖ ਫਰੀਦ ਸਾਹਿਬ ਆਪਣੀ ਬਾਣੀ ਦੇ ਵਿੱਚ ਸਾਨੂੰ ਦੱਸਦੇ ਹਨ ਕਿ ਫਰੀਦਾ ਮੈਂ ਜਾਣਿਆ ਦੁੱਖ ਪੁੱਛ ਤੋਂ ਦੁੱਖ ਸਬਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਆ ਗਿਆ। ਮੌਤ
ਤਾਂ ਸਾਡੇ ਰਾਬਰ ਵੀ ਆਪਣੇ ਪਿੰਡ ਦੇ ਉੱਪਰ ਹੰਡਾ ਕੇ ਗਏ ਹਨ। ਔਰ ਇਸ ਪੰਕਤੀ ਦੀ ਸਮੀਖਿਆ ਕੀਤੀ ਜਾਵੇ ਤਾਂ ਇਹ ਗੱਲ ਸਾਰੀ ਇਕਾਈ ਨੂੰ ਸਮਝ ਆ ਗਈ ਕਿ ਇਹ ਤਾਂ ਦੁੱਖੜੇ ਸਾਡੇ ਸੰਤਾਪ, ਚਾਹੇ ਮੌਤ ਦਾ ਹੋਵੇ, ਚਾਹੇ ਸਰੀਰ ਦਾ ਹੋਵੇ, ਚਾਹੇ ਉਹ ਪਰਮਾਤਮਾ ਦੇ ਵਿਛੋੜੇ ਦਾ ਹੋਵੇ, ਇਹ ਸੰਤਾਪ ਆਪਣੇ ਪਿੰਡ ਦੇ ਉੱਪਰ ਹੰਡਾ ਕੇ ਗਏ ਹਨ। ਔਰ ਇਸ ਤੋਂ ਬਾਅਦ ਸਾਨੂੰ ਉਹਨਾਂ ਨੇ ਆਪਣਾ ਫੈਸਲਾ ਵੀ ਸੁਣਾਇਆ ਕਿ ਸੰਯੋਗ ਵਿਯੋਗ ਦੋਨੋਂ ਹੀ ਹੋਏ, ਸੰਯੋਗ ਹੋ ਤਾਂ ਉਸਨੂੰ ਕੋਈ ਮਾਰ ਨਹੀਂ ਸਕਦਾ, ਪਰ ਭਾਵੇਂ ਬਿਨ ਸਾਹ ਤੇ ਰੱਖੇ, ਅਗਰ ਉਸਦੀ ਅਜ਼ਮਤ ਹੋਵੇ ਤਾਂ ਬਿਨਾਂ ਸਾਹਾਂ ਤੋਂ ਵੀ ਪਰਮਾਤਮਾ ਜਿੰਦਾ ਰੱਖ ਸਕਦਾ ਹੈ, ਅਗਰ ਉਸਦੀ ਨਜ਼ਰ ਵਿਪਰਤੀ ਹੋਵੇ ਤਾਂ ਜਾਰੇ ਖਸਮ ਤਾਂ ਰੱਖੇ ਕੰਮ, ਫਿਰ ਉਸਨੂੰ ਕੋਈ ਨਹੀਂ ਬਚਾ ਸਕਦਾ। ਔਰ ਇੱਥੇ ਵਿਯੋਗ ਦਾ ਅਗਰ ਦੂਸਰਾ ਪਹਿਲੂ ਦੇਖਿਆ ਜਾਵੇ ਤਾਂ ਵਿਯੋਗ ਉਸਨੂੰ ਦੱਸਿਆ ਕਿ ਜੋ ਇਸ ਧਰਾਤਲਾਂ ਨੂੰ ਕੱਟਿਆ ਗਿਆ, ਜੋ ਇਸ ਸੰਸਾਰ ਨੂੰ ਅਨੁਵਿਧਾ ਆਖ ਗਿਆ, ਕਹਿਣ ਦਾ ਭਾਵ ਹੈ ਕਿ ਉੱਥੇ ਗਈ ਹੋਈ ਆਤਮਾ ਜਿੱਥੇ ਅੱਜ ਤੱਕ ਵਾਪਸ ਨਹੀਂ ਆਈ, ਉਸਨੂੰ ਵਿਯੋਗ ਦਾ ਇਹ ਸੰਤਾਪ ਜੋ ਦੱਸਿਆ ਗਿਆ। ਔਰ ਇੱਥੇ ਬਾਬਾ ਫਤਿਹ ਸ਼ਾਹ ਦੇ ਕਲਾਮ ਨੂੰ ਵੀ ਅੱਜ ਆਪਾਂ ਅੱਖਾਂ ਨੂੰ ਰੋਕੇ ਨਹੀਂ ਕਰ ਸਕਦੇ। ਬਾਬਾ ਫਤਿਹ ਸ਼ਾਹ ਜੀ ਲਿਖਦੇ ਹਨ, ਜੋ ਸੂਫੀ ਸ਼ਾਇਰ ਹਨ, ਕਿ ਬੁਲਿਆ ਕਬਰਾਂ ਲਾਂਸ ਲੰਮੀਆਂ, ਉੱਤੇ ਖਿਲਰੇ ਕੱਖ, ਉੱਧਰੋਂ ਕੋਈ ਨਾ ਪਰਤਿਆ, ਇੱਧਰੋਂ ਕੋਈ ਲੱਖ। ਇਸ ਗੱਲ ਦੀ ਗਵਾਹੀ ਦੇ ਦਿੱਤੀ ਬਾਬਾ ਫਤਿਹ ਸ਼ਾਹ ਜੀ ਨੇ ਕਿ ਗਈ ਹੋਈ ਆਤਮਾ ਵਾਕਈ ਕਦੀ ਵਾਪਸ ਨਹੀਂ ਆ ਸਕਦੀ, ਨਾ ਹੀ ਕਦੀ ਆ ਸਕੇਗੀ, ਕਿਉਂਕਿ ਅਕਾਲ ਪੁਰਖ ਨੇ ਜੋ ਸੁਪਰੀਮ ਪਾਵਰ ਹੈ ਉਸਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਇਹ ਤਾਂ ਅਸੀਂ ਉਸ ਮੌਤ ਦੇ ਫਲਸਫੇ ਦੀ ਗੱਲ, ਹੁਣ ਇਸ ਪਰਿਵਾਰ ਦੀ ਔਰ ਇਸ ਰੂਹ ਦੀ ਗੱਲ ਕਰੀਏ। ਸ਼ਾਇਰ ਨੜਾਏ ਦਾ ਬਹੁਤ ਹੀ ਨਿੱਘਾ, ਮਿੱਠਾ, ਠੰਡਾ, ਇਮਾਨਦਾਰ, ਮਿਹਨਤੀ ਔਰ ਮਿਲਾਪੜਾ ਪਰਿਵਾਰ। ਅਗਰ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ 'ਤੇ ਕੋਈ ਅਜਿਹਾ ਰਿਸ਼ਤਾ ਨਹੀਂ ਹੈ ਜੋ ਮਾਤਾ ਪਿਤਾ ਦੇ ਬਰਾਬਰ ਦਾ ਹੋ ਸਕਦਾ ਹੈ, ਔਰ ਨਾ ਹੀ ਉਸਦਾ ਕੋਈ ਤੋੜ ਹੋ ਸਕਦਾ ਹੈ, ਔਰ ਨਾ ਹੀ ਕੋਈ ਉਸਦਾ ਬਦਲ ਹੋ ਸਕਦਾ ਹੈ। ਪਰਮਾਤਮਾ ਨੇ ਇਸ ਮਾਤਾ ਪਿਤਾ ਨੂੰ ਇੱਕ ਵਰਦਾਨ ਦਿੱਤਾ, ਆਪਾਂ ਨੂੰ ਬੱਚਿਆਂ ਨੂੰ ਸਹਾਰਿਆ, ਔਰ ਇਸ ਰੂਪ ਦੇ ਜਾਣ ਦਾ ਦੁੱਖ ਤਾਂ ਬਹੁਤ ਹੋਇਆ, ਪਰ ਇਸ ਤੋਂ ਵੀ ਵੱਡਾ ਦੁੱਖ ਕਿਤੇ ਨਾ ਕਿਤੇ ਵਿੱਚ ਸੰਸਾਰੀ ਬਾਪ ਦਾ ਚਲੇ ਗਏ। ਇੱਕ ਬਾਪ ਦੀ ਹੈਸੀਅਤ ਦੇਖੀ ਜਾਵੇ ਤਾਂ ਇੱਕ ਨਿੰਮ ਦੇ ਰੁੱਖ ਦੇ ਤਰ੍ਹਾਂ ਹੀ ਹੁੰਦਾ ਹੈ, ਜਿਸ ਦੇ ਪੱਤੇ ਕਵੇ ਤਾਂ ਹੋ ਸਕਦੇ ਹਨ ਪਰ ਉਸਦੀ ਛਾਂ ਬਹੁਤ ਠੰਡੀ ਹੁੰਦੀ ਹੈ। ਠੀਕ ਇਸੇ ਤਰ੍ਹਾਂ ਹੀ ਇੱਕ ਬਾਪ ਦੇ ਬੋਲ ਕੜਵੇ ਤਾਂ ਹੋ ਸਕਦੇ ਹਨ ਪਰ ਉਸਦੀ ਤਸੀਰ ਬਹੁਤ ਨਿੱਘੀ ਅਤੇ ਮਿੱਠੀ ਹੁੰਦੀ ਹੈ। ਰੂਹ ਦੇ ਜਾਣ ਦਾ ਬਹੁਤ ਦੁੱਖ ਹੋਇਆ, ਪਰ ਇਸ ਤੋਂ ਹੀ ਵੱਡਾ ਦੁੱਖ ਕਿਹਾ ਜੋ ਅੱਜ ਨਿੰਮ ਰੂਪੀ ਬਾਪ ਦਾ ਜਿਹੜਾ ਇਸ ਸੰਸਾਰ ਤੋਂ ਕੱਢਿਆ ਜਾਏਗਾ। ਅਖੀਰ ਦੇ ਵਿੱਚ ਪਰਮਾਤਮਾ ਦਾ ਇੱਕ ਬਹੁਤ ਮਿੱਠਾ ਸਿਧਾਂਤ ਹੈ ਕਿ ਮਾਨ ਮੋਹ ਮੇਰ ਮੇਰ ਵਿਵਰਜਿਤ, ਇਹ ਮਾਲਕ ਖੰਡੇ ਤਾਰ, ਇਹ ਰੂਹ ਕਦੇ ਜ਼ਿੰਦਗੀ ਦੇ ਵਿੱਚ ਮਾਨ ਨਹੀਂ ਕੀਤਾ, ਮੋਹ ਨਹੀਂ ਕੀਤਾ, ਮੇਰ ਤੇਰ ਨਹੀਂ ਰੱਖੀ। ਸੋ ਆਸ ਹੈ ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਿੱਧੀ ਹੀ ਪ੍ਰਵੇਸ਼ ਹੋਈ ਹੋਵੇਗੀ ਇਹ ਰੂਹ। ਅਖੀਰ ਦੇ ਵਿੱਚ ਮੈਂ ਆਪਣੇ ਵੱਲੋਂ ਸਮੂਹ ਆਲੂ ਵਾਲੀਆ ਪਰਿਵਾਰ ਵੱਲੋਂ ਔਰ ਸਮੂਹ ਦੁਕਾਨਦਾਰ ਜੁਗੀਆਂ ਨਾਂਡਾ ਨਡਾਲਾ ਵੱਲੋਂ ਇਸ ਵਿੱਚ ਵੀ ਇਹ ਰੂਹ ਸ਼ੰਦਰ ਬੁੱਲ ਭੇਟ ਕਰਦਾ ਹਾਂ ਔਰ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਭ ਜੀਓ ਅਸਮਾਨਾ ਕਰ ਪਿਆਰੇ, ਬੁਰੇ ਭਲੇ ਹਨ ਸਾਰੇ ਤੇਰੇ ਬੱਚੇ ਹਨ, ਚੰਗੇ ਹਨ ਜਾਂ ਮੰਦੇ ਹਨ ਤੇਰੇ ਹੀ ਤੋਂ ਮੰਦੇ ਹਨ। ਅਦਾਕਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰੂ ਸਿੰਘ ਮੁੜ ਹਰੀ ਐਸ ਪੀ ਸਾਹਿਬ ਉਹ ਹੋਣਗੇ ਔਰ ਆਪਣੇ ਖੁੱਲ੍ਹ ਕੇ ਬੋਲਣ ਨਾਲ ਇਸ ਪਰਿਵਾਰ ਨੂੰ ਪਰਿਵਾਰ ਨੂੰ ਸਿਰਨਾਈ ਦੇਣਗੇ। ਡੀ ਐਸ ਪੀ ਪੂਰਨ ਸਿੰਘ ਘੁੰਮਣ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਭਾਅ ਜੀ ਅਖਬਾਰ ਸਿੰਘ ਦੀ ਜੋ ਸਰਵਿਸ ਹੈ ਉਹ ਹੀ ਇੱਕ ਬੜੀ ਵੱਡੀ ਭਗਤੀ ਹੈ। ਭਾਅ ਜੀ ਨੇ ਆਰਮੀ ਵਿੱਚ ਨੌਕਰੀ ਕੀਤੀ ਔਰ ਉਹਨਾਂ ਦੇ ਕੋਲ ਮੈਂ ਜਦੋਂ ਵੀ ਬੈਠਿਆ ਸੀ ਤਾਂ ਇਹੋ ਹੀ ਦੱਸਦੇ ਸਨ ਕਿ ਮੈਂ ਵੱਡੇ ਵੱਡੇ ਜਿਹੜੇ ਜਨਰਲ ਸਨ ਉਹਨਾਂ ਦੀ ਡਰਾਈਵਰ ਹੈ, ਹੁਣ ਉਹ ਡਰਾਈਵਿੰਗ ਕੀਤੀ ਹੈਗੀ ਹੈ, ਉਹਦੇ ਮੈਂ ਗੱਡੀ ਦਾ ਡਰਾਈਵਰ ਰਿਹਾ ਸੀ। ਆਮ ਹਰ ਡਰਾਈਵਰ ਜਨਰਲ ਦੀ ਵੱਡੇ ਅਫਸਰ ਦੀ ਗੱਡੀ ਨਹੀਂ ਚਲਾ ਸਕਦਾ, ਉਹਨਾਂ ਨੇ ਵੱਡੇ ਵੱਡੇ ਅਫਸਰ ਲੱਗਾ ਹੀ ਕਮਰ ਨੂੰ ਕੈਂਡੀਡੇਟ ਨੂੰ ਲੱਗ ਜਾਂਦੇ ਜਾਣੇ। ਸੋ ਇਹ ਸਨ ਕਿ ਬਹੁਤ ਐਕਸਪਰਟ ਡਰਾਈਵਰ ਵੀ ਸਨ ਔਰ ਇਹਨਾਂ ਨੇ ਨਾਮ ਦਾ ਲਿਆ ਸੀ, ਉੱਠਦਿਆਂ ਬੈਠਦਿਆਂ ਚੜ੍ਹਦਿਆਂ ਨਾਮ ਹੀ ਜਪਣਾ। ਮੈਂ ਭਾਅ ਜੀ ਨੂੰ ਬੜੀ ਵਾਰੀ ਵੇਖਿਆ ਕਿ ਜਦੋਂ ਵੀ ਬੈਠਦੇ ਸਨ ਤਾਂ ਇਹਨਾਂ ਦਾ ਬਿਨਤੀ ਚੱਲਦਾ ਸੀ, ਕਿਉਂਕਿ ਅਭੀ ਮੁਸ਼ਕਲ ਹੈ ਬਿਨਤ
ਜੀ ਦਾ ਚੜ੍ਹਨਾ ਇਹ ਉਸ ਉਹ ਹੀ ਹੋ ਸਕਦਾ ਜੋ ਕਿ ਬਹੁਤ ਹੀ ਸੱਚਾ ਅਤੇ ਸੱਚਾ। ਗੁਰੂ ਨਾਨਕ ਸਾਹਿਬ ਨੇ ਵੀ ਇਹ ਬੋਲਿਆ ਕਿਰਤ ਕਰਨਾ, ਵੰਡ ਛਕਣਾ, ਨਾਮ ਸਿਮਰਨ ਜਪਣਾ। ਉਹ ਇਹਨਾਂ ਨੇ ਭਾਅ ਜੀ ਨੇ ਹਮੇਸ਼ਾ ਨਾਮ ਸਿਮਰਨ ਹੀ ਜਪੀ। ਮੇਰਾ ਭਾਅ ਜੀ ਦੇ ਨਾਲ ਨਵਾਂ ਰਿਸ਼ਤਾ ਸੀ। ਭਾਅ ਜੀ ਮੇਰੇ ਵੱਡੇ ਸਾਰਾ ਸਾਹਿਬ ਸਨ ਔਰ ਨੰਬਰ ਦੂਸਰਾ ਰਿਸ਼ਤਾ ਇਹਨਾਂ ਦੀ ਬੇਟੀ ਮੇਰੇ ਛੋਟੇ ਭਰਾ ਭਰ ਵਿਆਹੀ ਸੀ। ਉਹ ਸਾਨੂੰ ਹੋਰ ਡਬਲ ਰਿਸ਼ਤੇਦਾਰੀ ਵੀ ਸੀ ਇਹਨਾਂ ਨਾਲ। ਇਹਨਾਂ ਦਾ ਜਾਣ ਦਾ ਦੋ ਰੁਪਾ ਦਾ ਅਤੀ ਦੁੱਖ ਹੋਇਆ, ਪਰ ਇਹ ਪਰਮਾਤਮਾ ਦਾ ਭਾਗ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਇਆ ਉਹ ਮਾਲਕ ਦਾ ਹੁਕਮ ਹੈ। ਉਹਦੇ ਦੁੱਖ ਹੁੰਦਾ ਆਪ ਹੀ ਆਉਂਦਾ, ਉਹਦੇ ਹੁਕਮ ਦੇ ਮੁਤਾਬਕ ਚਲਾ ਜਾਂਦਾ। ਔਰ ਆਖਿਰ ਵਿੱਚ ਪਰਮਾਤਮਾ ਅੱਗੇ ਇਹ ਹੀ ਸਾਡੀ ਦੁਆ ਹੈ, ਮਾਨਕ ਸਾਡੇ ਭਾਅ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਪੁੱਤਾ ਬਲ ਬਖਸ਼ਣਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ ਜੋ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਿਲ ਹੋਏ ਨੇ, ਸਾਰਿਆਂ ਦਾ ਇੱਥੇ ਆਉਣ ਦੇ ਪਰਿਵਾਰ ਵੱਲੋਂ ਬਹੁਤ ਧੰਨਵਾਦ ਹੈ। ਔਰ ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਸਭ ਲੰਗਰ ਛੱਕ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ।